ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਈ ਇਹਦੀ ਬਹੁਤਾ ਪੰਗਾ ਨਹੀਂ ਲੈਣਾ ਚਾਹੀਦਾ ਮੇਨ ਜਿਹੜੀ ਸਟੇਟ ਆ ਉਹਦਾ ਇੱਕ ਟਾਊਨ ਆ ਉਹ ਪੂਰੀ ਤਰ੍ਹਾਂ ਉਸਦਾ ਕੰਮਕਾਰ ਠੱਪ ਹੋ ਗਿਆ ਜਦੋਂ ਉਸ ਟਾਊਨ ਦੇ ਵਿੱਚ ਕੰਮ ਕਰਨ ਵਾਲਾ ਇੱਕੋ ਇੱਕ ਕਲਰਕ ਆ ਉਹਨੇ ਕੰਮ ਛੱਡ ਦਿੱਤਾ ਉਹਨੇ ਵਕੇਸ਼ਨ ਦੀ ਮੰਗ ਕੀਤੀ ਸੀਗੀ ਪਰ ਉਸਦੀ ਵਕੇਸ਼ਨ ਦੀ ਟਾਊਨ ਨੂੰ ਰਿਜੈਕਟ ਕਰ ਦਿੱਤਾ ਗਿਆ ਸ਼ ਬੀਬੀ ਦੀ ਨੂੰ ਤੇ ਉਹਨੇ ਜਿਹੜੇ ਗੁੱਸੇ ਚ ਆ ਕੇ ਅਸਤੀਫਾ ਦਿੱਤਾ ਇਹ ਛੋਟਾ ਜਿਹਾ ਟਾਊਨ ਮੇਨ ਜਿਹੜੀ ਸਟੇਟ ਦੇ ਵਿੱਚ ਉਹਦਾ ਕੰਮਕਾਜ ਟੁੱਟਦੀ ਜਿਹੜਾ ਉਹ ਠੱਪ ਹੋ ਗਿਆ ਪਾਸਾਡਮ ਕੀ ਕਰਕੇ ਇਸ ਸ਼ਹਿਰ ਦਾ ਨਾਮ ਦੱਸਿਆ ਜਾਂਦਾ ਆ 220 ਦੇ ਵਿੱਚ ਕ੍ਰਿਸਟਿਨ ਬੋਚਾਰਟ ਜਿਹੜੀ ਆ ਉਸ ਨੇ ਇਸ ਤੇ ਕਲਰਕ ਦੇ ਵਜੋਂ ਕੰਮਕਾਜ ਸ਼ੁਰੂ ਕੀਤਾ ਸੀ ਡੇਢ ਮਹੀਨਾ ਪਹਿਲਾਂ ਉਹਨੇ 2 ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ ਸੀ ਪਰ ਉਥੋਂ ਦੇ ਜਿਹੜੇ ਬੋਰਡ ਆਫ ਸਿਲੈਕਟ ਮੈਨਾਂ ਉਹਨਾਂ ਨੇ ਇਸ ਦੀ ਛੁੱਟੀ ਮੰਨਣ ਤੋਂ ਇਨਕਾਰ ਕਰ ਦਿੱਤਾ ਖਾਰਜ ਕਰ ਦਿੱਤਾ ਉਹਨੇ 7 ਅਪ੍ਰੈਲ ਨੂੰ ਹੁਣ ਛੁੱਟੀ ਜਿਹੜੀ ਉਹ ਛੱਡ ਹੀ ਗਈ ਕੰਮ ਹੀ ਜਿਹੜਾ ਉਹ ਛੱਡ ਗਈ ਕਹਿੰਦੇ ਵੀ ਉੱਥੋਂ ਦੇ ਵਹੀਕਲ ਜਿਹੜੇ ਆ ਹੁਣ ਰਜਿਸਟਰ ਕਰਨ ਨੂੰ ਕੋਈ ਨਹੀਂ ਸਿਟੀ ਦੇ ਜਿਹੜੇ ਰੈਕર્ડਸ ਆ ਟਾਊਨ ਦੇ ਰੈਕર્ડਸ ਆ ਉਹ ਰੱਖਣ ਨੂੰ ਕੋਈ ਨਹੀਂ ਤੇ ਸਟੇਟ ਡਿਪਾਰਟਮੈਂਟ ਜਿਹੜੀ ਫਿਸ਼ਰੀਜ਼ ਤੇ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਸ ਦੇ ਨਾਲ ਕੰਮਕਾਜ ਕਰਨ ਨੂੰ ਕੋਈ ਵੀ ਜਿਹੜਾ ਉਹ ਨਹੀਂ ਰਿਹਾ 356 ਲੋਕ ਰਹਿੰਦੇ ਆ ਉਧਾਂ ਇੱਕ ਛੋਟਾ ਜਿਹਾ ਜਿਹੜਾ ਉਹ ਸ਼ਹਿਰ ਆ ਉੱਥੇ ਕਹਿੰਦੇ ਕੋਡ ਇਨਫੋਰਸਮੈਂਟ ਆਫੀਸਰ ਅਸੈਸਰ ਐਨੀਮਲ ਕੰਟਰੋਲ ਆਫੀਸਰ ਕੋਈ ਵੀ ਨਹੀਂ ਹੈਗਾ ਸੋ ਆਈ ਥਿੰਕ ਹੁਣ ਇਹ ਖਬਰਾਂ ਚ ਆਉਣ ਤੋਂ ਬਾਅਦ ਚ ਮੇਬੀ ਇਹਨਾਂ ਦੇ ਇਹ ਜਿਹੜੇ ਅਹੁਦੇ ਆ ਉਹ ਭਰ ਜਾਣ ਪਰ ਇੱਕ ਦੇਖੋ ਇੱਕ ਬੰਦੇ ਦੇ ਉੱਤੇ ਪੂਰਾ ਸ਼ਹਿਰ ਜਿਹੜਾ ਆ ਉਹ ਟਿਕਿਆ ਪਿਆ ਸੀਗਾ ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਈ ਜਿਹੜੀ ਬਹੁਤਾ ਪੰਗਾ ਨਹੀਂ ਲੈਣਾ ਚਾਹੀਦਾ ਮੇਨ ਜਿਹੜੀ ਸਟੇਟ ਆ ਉਹਦਾ ਇੱਕ ਟਾਊਨ ਆ ਉਹ ਪੂਰੀ ਤਰ੍ਹਾਂ ਉਸਦਾ ਕੰਮਕਾਰ ਠੱਪ ਹੋ ਗਿਆ ਜੋਨ ਉਸ ਟਾਊਨ ਦੇ ਵਿੱਚ ਕੰਮ ਕਰਨ ਵਾਲਾ ਇੱਕੋ ਇੱਕ ਕਲਰਕ ਆ ਉਹਨੇ ਕੰਮ ਛੱਡ ਦਿੱਤਾ ਉਹਨੇ ਵਕੇਸ਼ਨ ਦੀ ਮੰਗ ਕੀਤੀ ਸੀਗੀ ਪਰ ਉਸ ਦੀ ਵਕੇਸ਼ਨ ਦੀ ਟਾਊਨ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਬੀਬੀ ਦੀ ਨੂੰ ਤੇ ਉਹਨੇ ਜਿਹੜੇ ਗੁੱਸੇ ਜਾ ਕੇ ਅਸਤੀਫਾ ਦਿੱਤਾ ਤੇ ਛੋਟਾ ਜਿਹਾ ਟਾਊਨ ਮੇਨ ਜਿਹੜੀ ਸਟੇਟ ਦੇ ਵਿੱਚ ਉਹਦਾ ਕੰਮਕਾਰ ਟੁੱਟਦੀ ਜਿਹੜਾ ਉਹ ਠੱਪ ਹੋ ਗਿਆ ਪਾਸਾਡਮ ਕੇ ਕਰਕੇ ਇਸ ਸ਼ਹਿਰ ਦਾ ਨਾਮ ਦੱਸਿਆ ਜਾਂਦਾ ਆ ਵੀ ਸੋ 20 ਦੇ ਵਿੱਚ ਕ੍ਰਿਸਟਿਨ ਬੋਚਾਰਟ ਜਿਹੜੀ ਆ ਉਸ ਨੇ ਇਸ ਤੇ ਕਲਰਕ ਦੇ ਵਜੋਂ ਕੰਮਕਾਜ ਸ਼ੁਰੂ ਕੀਤਾ ਸੀ ਡੇਢ ਮਹੀਨਾ ਪਹਿਲਾਂ ਉਹਨੇ 2 ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ ਸੀ ਪਰ ਉੱਥੋਂ ਦੇ ਜਿਹੜੇ ਬੋਰਡ ਆਫ ਸਿਲੈਕਟ ਮੈਨਾਂ ਉਹਨਾਂ ਨੇ ਇਸ ਦੀ ਛੁੱਟੀ ਮੰਨਣ ਤੋਂ ਇਨਕਾਰ ਕਰ ਦਿੱਤਾ ਖਾਰਜ ਕਰ ਦਿੱਤਾ ਉਹਨੇ 7 ਅਪ੍ਰੈਲ ਨੂੰ ਹੁਣ ਛੁੱਟੀ ਜਿਹੜੀ ਉਹ ਛੱਡ ਹੀ ਗਈ ਕੰਮ ਹੀ ਜਿਹੜਾ ਉਹ ਛੱਡ ਗਈ ਕਹਿੰਦੇ ਵੀ ਉੱਥੋਂ ਦੇ ਵਹੀਕਲ ਜਿਹੜੇ ਆ ਹੁਣ ਰਜਿਸਟਰ ਕਰਨ ਨੂੰ ਕੋਈ ਨਹੀਂ ਸਿਟੀ ਦੇ ਜਿਹੜੇ ਰੈਕੋਰਡਸ ਆ ਟਾਊਨ ਦੇ ਰੈਕੋਰਡਸ ਆ ਉਹ ਰੱਖਣ ਨੂੰ ਕੋਈ ਨਹੀਂ ਤੇ ਸਟੇਟ ਡਿਪਾਰਟਮੈਂਟ ਜਿਹੜੀ ਫਿਸ਼ਰੀਜ਼ ਤੇ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਸ ਦੇ ਨਾਲ ਕੰਮਕਾਜ ਕਰਨ ਨੂੰ ਕੋਈ ਵੀ ਜਿਹੜਾ ਉਹ ਨਹੀਂ ਰਿਹਾ 356 ਲੋਕ ਰਹਿੰਦੇ ਆ ਉਦਾਂ ਇੱਕ ਛੋਟਾ ਜਿਹਾ ਜਿਹੜਾ ਉਹ ਸ਼ਹਿਰ ਆ ਉੱਥੇ ਕਹਿੰਦੇ ਕੋਡ ਇਨਫੋਰਸਮੈਂਟ ਆਫੀਸਰ ਅਸੈਸਰ ਐਨੀਮਲ ਕੰਟਰੋਲ ਆਫੀਸਰ ਕੋਈ ਵੀ ਨਹੀਂ ਹੈਗਾ ਸੋ ਆਈ ਥਿੰਕ ਹੁਣ ਇਹ ਖਬਰਾਂ ਚ ਆਉਣ ਤੋਂ ਬਾਅਦ ਮੇਬੀ ਇਹਨਾਂ ਦੇ ਇਹ ਜਿਹੜੇ ਅਹੁਦੇ ਆ ਉਹ ਭਰ ਜਾਣ ਪਰ ਇੱਕ ਦੇਖੋ ਇੱਕ ਬੰਦੇ ਦੇ ਉੱਤੇ ਪੂਰਾ ਸ਼ਹਿਰ ਜਿਹੜਾ ਆ ਉਹ ਟਿਕਿਆ ਪਿਆ ਸੀਗਾ ਕਿੰਨੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਈ ਜਿਹੜੀ ਬਹੁਤਾ ਪੰਗਾ ਨਹੀਂ ਲੈਣਾ ਚਾਹੀਦਾ ਮੇਨ ਜਿਹੜੀ ਸਟੇਟ ਆ ਉਹਦਾ ਇੱਕ ਟਾਊਨ ਆ ਉਹ ਪੂਰੀ ਤਰ੍ਹਾਂ ਉਸਦਾ ਕੰਮਕਾਰ ਠੱਪ ਹੋ ਗਿਆ ਜਦੋਂ ਉਸ ਟਾਊਨ ਦੇ ਵਿੱਚ ਕੰਮ ਕਰਨ ਵਾਲਾ ਇੱਕੋ ਇੱਕ ਕਲਰਕ ਆ ਉਹਨੇ ਕੰਮ ਛੱਡ ਦਿੱਤਾ ਉਹਨੇ ਵਕੇਸ਼ਨ ਦੀ ਮੰਗ ਕੀਤੀ ਸੀਗੀ ਪਰ ਉਸਦੀ ਵਕੇਸ਼ਨ ਦੀ ਟਾਊਨ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਬੀਬੀ ਦੀ ਨੂੰ ਤੇ ਉਹਨੇ ਜਿਹੜੇ ਗੁੱਸੇ ਚ ਆ ਕੇ ਅਸਤੀਫਾ ਦਿੱਤਾ ਤੇ ਛੋਟਾ ਜਿਹਾ ਟਾਊਨ ਮੇਨ ਜਿਹੜੀ ਸਟੇਟ ਦੇ ਵਿੱਚ ਉਹਦਾ ਕੰਮਕਾਜ ਟੁੱਟਦੀ ਜਿਹੜਾ ਉਹ ਠੱਪ ਹੋ ਗਿਆ ਪਾਸਾਡਮ ਕੀ ਕਰਕੇ ਇਸ ਸ਼ਹਿਰ ਦਾ ਨਾਮ ਦੱਸਿਆ ਜਾਂਦਾ ਆ 220 ਦੇ ਵਿੱਚ ਕ੍ਰਿਸਟਿਨ ਬੋਚਾਰਟ ਜਿਹੜੀ ਆ ਉਸਨੇ ਇਸ ਤੇ ਕਲਰਕ ਦੇ ਵਜੋਂ ਕੰਮਕਾਜ ਸ਼ੁਰੂ ਕੀਤਾ ਸੀ 1.5 ਮਹੀਨਾ ਪਹਿਲਾਂ ਉਹਨੇ 2 ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ ਸੀ ਪਰ ਉਥੋਂ ਦੇ ਜਿਹੜੇ ਬੋਰਡ ਆਫ ਸਿਲੈਕਟ ਮੈਨਾਂ ਉਹਨਾਂ ਨੇ ਇਸ ਦੀ ਛੁੱਟੀ ਮੰਨਣ ਤੋਂ ਇਨਕਾਰ ਕਰ ਦਿੱਤਾ ਖਾਰਜ ਕਰ ਦਿੱਤਾ ਉਹਨੇ 7 ਅਪ੍ਰੈਲ ਨੂੰ ਹੁਣ ਛੁੱਟੀ ਜਿਹੜੀ ਉਹ ਛੱਡ ਹੀ ਗਈ ਕੰਮ ਹੀ ਜਿਹੜਾ ਉਹ ਛੱਡ ਗਈ ਕਹਿੰਦੇ ਵੀ ਉਥੋਂ ਦੇ ਵਹੀਕਲ ਜਿਹੜੇ ਆ ਹੁਣ ਰਜਿਸਟਰ ਕਰਨ ਨੂੰ ਕੋਈ ਨਹੀਂ ਸਿਟੀ ਦੇ ਜਿਹੜੇ ਰੈਕર્ડਸ ਆ ਟਾਊਨ ਦੇ ਰੈਕર્ડਸ ਉਹ ਰੱਖਣ ਨੂੰ ਕੋਈ ਨਹੀਂ ਤੇ ਸਟੇਟ ਡਿਪਾਰਟਮੈਂਟ ਜਿਹੜੀ ਫਿਸ਼ਰੀਜ਼ ਤੇ ਵਾਈਲਡ ਲਾਈਫ ਦੇ ਨਾਲ ਸੰਬੰਧਿਤ ਆ ਉਸ ਦੇ ਨਾਲ ਕੰਮਕਾਜ ਕਰਨ ਨੂੰ ਕੋਈ ਵੀ ਜਿਹੜਾ ਉਹ ਨਹੀਂ ਰਿਹਾ 356 ਲੋਕ ਰਹਿੰਦੇ ਆ ਉਦਾਂ ਇੱਕ ਛੋਟਾ ਜਿਹਾ ਜਿਹੜਾ ਉਹ ਸ਼ਹਿਰ ਆ ਉੱਥੇ ਕਹਿੰਦੇ ਕੋਡ ਇਨਫੋਰਸਮੈਂਟ ਆਫੀਸਰ ਅਸੈਸਰ ਐਨੀਮਲ ਕੰਟਰੋਲ ਆਫੀਸਰ ਕੋਈ ਵੀ ਨਹੀਂ ਹੈਗਾ ਸੋ ਆਈ ਥਿੰਕ ਹੁਣੇ ਖਬਰਾਂ ਚ ਆਉਣ ਤੋਂ ਬਾਅਦ ਮੇਬੀ ਇਹਨਾਂ ਦੇ ਇਹ ਜਿਹੜੇ ਅਹੁਦੇ ਆ ਉਹ ਭਰ ਜਾਣ ਪਰ ਇੱਕ ਦੇਖੋ ਇੱਕ ਬੰਦੇ ਦੇ ਉੱਤੇ ਪੂਰਾ ਸ਼ਹਿਰ ਜਿਹੜਾ ਆ ਉੱਟਕਿਆ ਪਿਆਸੀਗਾ